ਕਟਾਈ ਤੇ ਉਹਨਾਂ ਨੇ ਮਤਲਬ ਵੀ ਜਾਨੋ ਮੈਨੂੰ 5-7 ਵਾਰੀ ਤੇ ਮੇਰਾ ਗਾਲੀ ਕੁੱਟਿਆ ਉਹਨਾਂ ਨੇ। ਜਦੋਂ ਮੈਨੂੰ ਮੇਰਾ ਸਾਹ ਜਿਹੜਾ ਗੁੰਮ ਹੋਣ ਲੱਗਦਾ ਸੀ, ਫਿਰ ਕਹਿੰਦੀ ਹੁਣ ਛੱਡ ਦੇ ਮੁੰਡਿਆ, ਇਹਨੇ ਮਰ ਜਾਣਾ ਸੀ, ਫਿਰ ਸਾਨੂੰ ਪਿੰਡ ਦਿਆਂ ਲੋਕਾਂ ਨੇ ਛੱਡਣਾ ਨੀਗਾ। ਧੀਆਂ ਦਾ ਕਹਿੰਦੀ ਆ ਵੀ ਤੂੰ ਸਾਡਾ ਪਿਓ ਹੀ ਨੀਗਾ, ਉਹਨਾਂ ਨੇ ਗਾਲੀ ਮੁਕਾ ਦਿੱਤੀ। ਪਰਸੋਂ ਮੈਨੂੰ ਮੁੰਡੇ ਨੇ ਕਿਹਾ ਬਾਬਾ ਜੀ ਕੀ ਖਾਓਗੇ, ਮੈਂ ਕਿਹਾ ਬੱਚਿਆ ਮੇਰਾ ਸਾਹ ਖਾਣ। ਮੇਰਾ ਸਕਾ ਭਤੀਆ ਜਿਹੜਾ ਉਹ ਮੈਨੂੰ ਕਹਿੰਦਾ ਵਾ ਬਾਪੂ ਤੂੰ ਸਾਡੇ ਕੋਲ ਰਿਹਾ, ਜਿਹੜਾ ਆਪਣਾ ਘਰ ਛੱਡ ਕੇ ਮੈਂ ਤੁਹਾਡੇ ਘਰ ਕਿਤਰਾ ਰਵਾਂ। ਜਿਹੜੇ ਪੁੱਤਰ ਨੂੰ ਰੱਬ ਕੋਲੋਂ ਦੋਵੇਂ ਹੱਥਾਂ ਦੇ ਨਾਲ ਹੱਥ ਜੋੜ ਕੇ ਮੰਗਿਆ ਸੀ, ਜਦੋਂ ਪੁੱਤਰ ਜਵਾਨ ਹੋ ਗਿਆ ਤਾਂ ਸਭ ਤੋਂ ਪਹਿਲਾਂ ਉਸਨੇ ਆਪਣੇ ਬਾਪ ਨੂੰ ਹੀ ਘਰੋਂ ਕੱਢ ਦਿੱਤਾ। ਔਰ ਉਸ ਵਿਅਕਤੀ ਜਿਹੜਾ ਕਿ ਬਲਦੇਵ ਸਿੰਘ ਹੈ, ਉਸਦੀਆਂ 4 ਧੀਆਂ ਦੇ ਇੱਕ ਪੁੱਤਰ ਹੈ। ਖੁਦ 30-35 ਸਾਲ ਰਾਜ ਮਿਸਤਰੀ ਦਾ ਕੰਮ ਕੀਤਾ, ਲੱਖਾਂ ਲੋਕਾਂ ਨੂੰ ਘਰ ਬਣਾ ਕੇ ਦਿੱਤੇ, ਪਰ ਅੱਜ ਆਪਣੇ ਸਿਰ 'ਤੇ ਛੱਤ ਨਹੀਂ, ਬਟਾਲਾ ਦੇ ਇਤਿਹਾਸਿਕ ਸ਼ਨੀ ਮੰਦਰ ਦੇ ਬਾਹਰ ਰਹਿਣ ਨੂੰ ਮਜਬੂਰ ਹੈ। ਪਹਿਲਾਂ ਤਾਂ ਕੋਲ ਮੰਜਾ ਬਿਸਤਰਾ ਵੀ ਨਹੀਂ ਸੀ, ਪਰ ਕੁਝ ਦਾਨੀ ਸੱਜਣ ਲੰਘੇ ਤਾਂ ਜਦੋਂ ਭੁੰਜੇ ਪਿਆ ਵੇਖਿਆ ਬਾਪੂ ਤਾਂ ਉਸਨੂੰ ਮੰਜਾ ਬਿਸਤਰਾ ਵੀ ਦੇ ਗਏ। ਪਰ ਸਰਦੀ ਦਾ ਮੌਸਮ ਹੈ ਤਾਂ ਛੱਤ ਸਿਰ 'ਤੇ ਨਹੀਂ। ਗੱਲਬਾਤ ਕਰ ਲੈਂਦੇ ਹਾਂ ਬਲਦੇਵ ਸਿੰਘ ਨਾਲ ਕਿ ਆਖਿਰ ਕਿਉਂ ਉਹ ਇਸ ਖੁੱਲ੍ਹੇ ਅਸਮਾਨ ਦੇ ਥੱਲੇ ਰਹਿ ਰਿਹਾ। ਬਲਦੇਵ ਸਿੰਘ ਜੀ, ਕਿਹੜਾ ਪਿੰਡ ਆ ਤੁਹਾਡਾ? ਹਾਂਜੀ, ਪਿੰਡ ਨਠਵਾਲ, ਬਲਪੁਰੀਆਂ ਦੇ ਕੋਲ, ਹਸਨਪੁਰਾ ਛੋਟਾ, ਹਸਨਪੁਰਾ ਵੱਡਾ। ਪਰਿਵਾਰ 'ਚ ਕਿੰਨੇ ਜੀ ਨੇ? ਬੱਚੇ ਕਿੰਨੇ ਆ ਔਰ ਪਤਨੀ ਹੈ? ਪਤਨੀ ਬਿਲਕੁਲ ਮੇਰੇ ਨਾਲੋਂ ਹੈਵੀ ਹੈ। ਪਰਿਵਾਰ 'ਚ ਬੱਚੇ ਕਿੰਨੇ? ਅਤੇ ਬੱਚੇ ਨੂੰ ਵੇਖੋ ਕੰਮ ਸਿਖਾਇਆ, ਸਾਰੇ ਕੰਮ, ਪਾਪੜ ਸਾਰੇ ਵੇਲੇ, ਕਾਦਲੀ ਵੇਲੇ, ਭਾਈ ਕੋਈ ਜ਼ਿੰਦਗੀ ਦੇ ਦਿਨ ਚੰਗੇ ਕੱਟੇ ਜਾਣਗੇ ਭਾਈ, ਚਲੋ ਭਾਈ ਬੁਢਾਪਾ ਆਊਗਾ ਤਾਂ ਕਿਤੇ ਕੋਈ ਜੈਜਾਕਾਰ ਹੋਊਗੀ, ਕੋਈ ਸਾਂਭੂਗਾ ਸੰਭਾਲੂਗਾ, ਕੋਈ ਟੱਟੀ ਪਿਸ਼ਾਬ ਕਰਾਊਗਾ, ਕੋਈ ਕੁਛ ਕਰਾਊਗਾ, ਲੇਕਿਨ ਸਭ ਨੇ ਘਰੋਂ ਹੀ ਚੱਲ ਵੀ ਚੱਲ, ਚੱਲ ਵੀ ਚੱਲ, ਤੇਰਾ ਇੱਥੇ ਕੀ ਆ ਭਾਈ? ਹੈਂ ਭਾਈ, ਇਹ ਤਾਂ ਸ਼ਨੀਦੇਵ ਜਾਣੇ ਜਾਂ ਮੇਰਾ ਮਾਲਕ ਜਾਣੇ ਭਾਈ। ਇਸ ਟਾਈਮ ਤਾਂ ਮੈਂ ਵੇਖੋ ਖੁੱਲ੍ਹੀ ਜਗ੍ਹਾ 'ਤੇ ਆਰਾਮ ਦੇ ਨਾਲ ਬੈਠਾ ਵਾਂ, ਅਤੇ ਨਹੀਂ ਨਹੀਂ ਮਾਰਕੀਟ ਆਈ ਤਾਂ ਉਹਨਾਂ ਨੇ ਮਤਲਬ ਵੀ ਜਾਨੋ ਮੈਨੂੰ 5-7 ਵਾਰੀ ਤਾਂ ਮੇਰਾ ਗਾਲੀ ਕੁੱਟਿਆ ਉਹਨਾਂ ਨੇ। ਜਦੋਂ ਮੈਨੂੰ ਮੇਰਾ ਸਾਹ ਜਿਹੜਾ ਗੁੰਮ ਹੋਣ ਲੱਗਦਾ ਸੀ, ਫਿਰ ਕਹਿੰਦੀ ਹੁਣ ਛੱਡ ਦੇ ਮੁੰਡਿਆ, ਇਹਨੇ ਮਰ ਜਾਣਾ ਸੀ, ਫਿਰ ਸਾਨੂੰ ਪਿੰਡ ਦਿਆਂ ਲੋਕਾਂ ਨੇ ਛੱਡਣਾ ਨੀਗਾ। ਦੋਨੋਂ ਚੁੱਕਦੇ ਆ ਮਿਲ ਕੇ, ਪਰ ਇੱਕ ਜਣਾ ਪਕੜੂਗਾ ਤਾਂ ਇੱਕ ਜਣਾ ਮਾਰੂਗਾ ਨਾ, ਇਕੱਲੇ ਕੋਲ ਤਾਂ ਮਾਰ ਮੈਂ ਖਾ ਨਹੀਂ ਸਕਦਾ ਬਾਊ ਜੀ, ਕਿਉਂਕਿ ਮੈਂ ਵੀ ਤਗੜਾ ਵਾਂ, ਮੈਂ ਐਡਾ ਮਰਿਆ ਤਾਂ ਹੈ ਨਹੀਂ ਆ, ਅੰਗ ਪੈਰ ਟੁੱਟੇ ਆ। ਧੀਆਂ ਦਾ ਕਹਿੰਦੀ ਆ ਵੀ ਤੂੰ ਸਾਡਾ ਪਿਓ ਹੀ ਨੀਗਾ, ਉਹਨਾਂ ਨੇ ਗਾਲੀ ਮੁਕਾ ਦਿੱਤੀ। ਜਾਇਦਾਦ ਉਹਨਾਂ ਕੋਲ ਹੀ ਆ ਮਹਾਰਾਜ, ਮੇਰੇ ਕੋਲ ਕੀ ਆ? ਮੇਰੇ ਕੋਲ ਤਾਂ ਕਾਗਜ਼ੀਆਂ ਖਾ ਲਈ, ਇਹਨਾਂ ਨੂੰ ਜਿੱਥੇ ਮਰਜ਼ੀ ਆ ਜੋ ਮਰਜ਼ੀ ਕਰ ਦਿਉ। ਇਹ ਤਾਂ ਮੈਂ ਤਾਂ ਰੱਖੇ ਆ ਕਿ ਕੱਲ੍ਹ ਨੂੰ ਮੈਨੂੰ ਕੋਈ ਮੇਰੇ 'ਤੇ ਐਕਸ਼ਨ ਨਾ ਆਵੇ। ਦੇਖੋ ਇਹ ਕੋਈ 2 ਲੱਖ ਇੱਟ ਵੀ ਲੱਗੀ ਹੋਊਗੀ, ਅਤੇ ਕੋਈ 6 ਮਰਲੇ ਜਗ੍ਹਾ ਵੀ ਆ, 60,000 ਨੂੰ ਮਰਲਾ ਸਾਡੇ ਪਿੰਡ ਜਗ੍ਹਾ ਹੋ ਗਈ ਆ। ਮੇਰੇ ਕੋਲ ਕਹਿੰਦੇ ਤੁਹਾਨੂੰ ਦਿਸਣਾ ਨਹੀਂ ਚਾਹੀਦਾ ਬਸ। ਇੱਥੇ ਤਾਂ ਮਾਲਕ ਦੀ ਦਇਆ ਵਾ, ਹੁਣ ਮੈਂ ਉੱਥੇ ਬੈਠਾ ਨਾ, ਹਾਂ ਉੱਥੇ ਵੀ ਦੇ ਜਾਣੀ ਰੋਟੀ, ਫਿਰ ਇੱਥੇ ਰਾਤ ਨੂੰ ਪ੍ਰਸ਼ਾਦਾ ਪਾਣੀ ਤਾਜ਼ਾ ਤਾਜ਼ਾ। ਪਰਸੋਂ ਮੈਨੂੰ ਮੁੰਡੇ ਨੇ ਕਿਹਾ ਬਾਬਾ ਜੀ ਕੀ ਖਾਓਗੇ, ਮੈਂ ਕਿਹਾ ਬੱਚਿਆ ਮੇਰਾ ਸਾਹ ਖਾਣ। ਅੱਖਾਂ 'ਚੋਂ ਹੰਝੂ ਨਹੀਂ ਰੁਕਦੇ, ਕਿਉਂਕਿ ਜਿਸ ਪਰਿਵਾਰ ਨੂੰ ਪਾਲਿਆ, ਮਿਹਨਤ ਮਜ਼ਦੂਰੀ ਕੀਤੀ, ਉਹਨੇ ਘਰੋਂ ਕੱਢਤਾ, ਅਤੇ ਜਿਹੜੇ ਇਲਾਕੇ ਦੇ ਲੋਕ ਨੇ ਉਹ ਆ ਕੇ ਪੁੱਛਦੇ ਆ ਅਤੇ ਗਰਮ ਰੋਟੀ ਵੀ ਦਿੰਦੇ ਕਰਦੇ ਆ। ਲੋਕ ਜਿਹੜੇ ਆ, ਜਿਹੜੀ ਦੁਨੀਆ ਉਹ ਲੋਕ ਜਿਹੜੇ ਆ, ਉਹ ਮੇਰੇ ਅਤੇ ਪੁੱਤਰ ਹੀ ਉਹ, ਅਤੇ ਧੀਆਂ ਵੀ ਉਹ ਨੇ ਜਿਹੜੇ ਮੈਨੂੰ ਆਣ ਕੇ ਰਾਤ ਨੂੰ ਪਿਆਰ ਦਿੰਦੇ ਆ, ਦਿਨੇ ਪਿਆਰ ਦਿੰਦੇ ਆ, ਮੇਰਾ ਤਾਂ ਸਭ ਕੁਝ ਹੀ ਉਹ ਵਾ, ਮੇਰਾ ਮਾਂ ਪਿਓ ਵੀ ਉਹ ਵਾ। ਇੱਥੇ ਫਿਰ ਠੰਡ ਨਹੀਂ ਲੱਗਦੀ ਜਦੋਂ ਮੌਸਮ ਕਿਉਂਕਿ ਇੱਦਾਂ ਦਾ ਹੋ ਗਿਆ, ਅਤੇ ਲੋਕ ਤਾਂ ਛੱਤਾਂ 'ਚੋਂ ਰਜਾਈਆਂ 'ਚੋਂ ਬਾਹਰ ਨਹੀਂ ਆਉਂਦੇ, ਅਤੇ ਇਸ ਖੁੱਲ੍ਹੇ ਅਸਮਾਨ ਥੱਲੇ? ਉਹ ਤਾਂ ਮੈਂ ਬਾਊ ਜੀ ਸੋਚਣ ਡਿਆ ਵੀ ਆਉਣ ਵਾਲਾ ਸਮਾਂ ਜਿਹੜਾ ਵਾ ਸਰਦੀ ਹੋਰ ਵੱਧ ਜਾਣੀ ਆ, ਕਿਉਂਕਿ ਇਹ 2 ਮਹੀਨੇ ਅਜੇ ਜਿਹੜੇ ਆ, ਅਤੇ ਵੈਸੇ ਮੈਨੂੰ ਕੋਈ ਪਰਵਾਹ ਵੀ ਹੈ ਨਹੀਂ ਆ, ਠੰਡ ਮੈਨੂੰ ਲੱਗਦੀ ਨੀਗੀ।
ਤੇ ਕੱਪੜੇ ਮੇਰੇ ਕੋਲ ਬਹੁਤ ਨੇ ਲੋਕ ਦੇ ਕੇ ਗਏ ਤੇ ਸਾਰੇ ਕੱਪੜੇ ਸਾਰੇ ਕੱਪੜੇ ਸਭ ਕੁਝ ਲੋਕਾਂ ਨੇ ਦਿੱਤਾ ਹੈ ਇਹ ਵੇਖੋ ਨਾ ਉੱਧਰ ਵੀ ਰਜਾਈ ਅੱਡਾ ਬਿਸਤਰੇ ਪਏ ਦਿਲ ਕਰਦਾ ਘਰ ਜਾਣ ਨੂੰ ਘਰ ਦੀ ਰੋਟੀ ਜਾਂ ਘਰ ਦੀ ਛੱਤ ਥੱਲੇ ਰਹਿਣ ਨੂੰ ਜੀ ਤਾਂ ਬੜਾ ਕੁਝ ਕਰਦਾ ਪਰ ਉੱਥੇ ਇਹੋ ਕੁਝ ਹੀ ਹੋਣਾ ਇਹੋ ਕੁਝ ਉਹਦੇ ਨਾਲ ਮੈਂ ਤਾੜੀਆਂ ਵਜਾ ਲਾਂ ਆਪਣੇ ਮਹਾਰਾਜ ਨੂੰ ਯਾਦ ਕਰ ਲਾਂ ਅਤੇ ਮੈਨੂੰ ਠੰਡ ਪੈ ਜਾਂਦੀ ਹੈ ਘਰ ਜਾ ਕੇ ਮੈਂ ਕੀ ਕਰੂੰਗਾ ਮੇਰਾ ਛੋਟਾ ਜਿਸ ਬਾਰੇ ਤੁਸੀਂ ਜ਼ਿਕਰ ਕੀਤਾ ਕਿ ਤੇਰੇ ਆਪਣੇ ਨਹੀਂ ਗਏ ਮੇਰਾ ਸਕਾ ਭਤੀਆ ਜਿਹੜਾ ਉਹ ਮੈਨੂੰ ਕਹਿੰਦਾ ਵਾ ਬਾਪੂ ਤੂੰ ਸਾਡੇ ਕੋਲ ਰਿਹਾ ਹੈਗਾ ਉਹ ਮੈਂ ਗਿਆ ਜਿਹਦਾ ਆਪਣਾ ਘਰ ਛੱਡ ਕੇ ਮੈਂ ਤੁਹਾਡੇ ਘਰ ਕਿਸ ਤਰ੍ਹਾਂ ਰਹਾਂ ਜਾਂ ਤਾਂ ਮੈਂ ਵੇਚ ਕੇ ਖਾ ਲਿਆ ਹੋਵੇ ਤਾਂ ਫਿਰ ਮੈਂ ਕਹਾਂ ਮੈਂ ਅੱਜ ਇਸ ਗੱਲ ਦਾ ਦੁੱਖ ਆਉਂਦਾ ਕਿ ਜਿਹੜੇ ਹੱਥ ਕਦੀ ਕਮਾਈ ਕਰਦੇ ਨਹੀਂ ਸੀ ਥੱਕਦੇ ਅੱਜ ਉਹ ਹੱਥ ਮੰਦਰ ਦੇ ਬਾਹਰ ਬਹਿ ਕੇ ਮੰਗਦੇ ਆ ਮੰਗਦੇ ਆ ਜੀ ਇਹ ਅੱਜ ਇਸ ਤਰ੍ਹਾਂ ਹੋ ਗਏ ਆ ਇਹ ਹਰ ਇੱਕ ਦੇ ਗਾੜੀ ਇਸ ਤਰ੍ਹਾਂ ਹੋ ਜਾਂਦੇ ਇਹ ਬਣਾ ਤਾ ਕਿੰਨੇ ਮੰਗਤਾਂ ਬਣਾ ਤਾ ਜਾਂ ਕਰਦਿਆਂ ਬਣਾ ਤਾ ਅਤੇ ਜਾਂ ਦੁਨੀਆਂ 'ਤੇ ਨਹੀਂ ਬਣਾਉਂਦੀ ਕਿਸੇ ਨੂੰ ਮੰਗਤਾ ਇਹ ਬਲਦੇਵ ਸਿੰਘ ਨੇ ਜਿਹੜੇ ਕਦੀ ਕਿਰਤ ਕਰਨ 'ਤੇ ਵਿਸ਼ਵਾਸ ਕਰਦੇ ਸੀ ਅਤੇ ਰੱਜ ਕੇ ਮਿਹਨਤ ਵੀ ਕੀਤੀ ਅੱਜ ਇਹ ਹੱਥ ਬਟਾਲਾ ਦੇ ਇਤਿਹਾਸਿਕ ਸ਼ਨੀ ਦੇਵ ਮੰਦਰ ਦੇ ਬਾਹਰ ਬੈਠ ਕੇ ਮੰਗਦੇ ਆ ਸਿਰ 'ਤੇ ਛੱਤ ਨਹੀਂ ਦਰਦ ਹੈ ਇਸ ਗੱਲ ਦਾ ਕਿ ਜਿਸ ਪੁੱਤ ਨੂੰ ਰੱਬ ਕੋਲੋਂ ਦੁਆਵਾਂ ਦੇ ਕੇ ਮੰਗਿਆ ਸੀ ਅੱਜ ਉਹ ਪੁੱਤ ਰੋਟੀ ਤਾਂ ਕੀ ਦੇਣੀ ਛੱਤ ਤਾਂ ਕੀ ਦੇਣੀ ਘਰ ਵੀ ਖੋਲ੍ਹਿਆ ਅਤੇ ਹੱਥ ਵੀ ਚੁੱਕਦਾ ਇਹ ਹੈ ਅੱਜ ਦਾ ਯੁੱਗ ਇਹ ਹੈ ਕਲਯੁੱਗ ਕੈਮਰਾਮੈਨ ਬੰਟੀ ਦੇ ਨਾਲ ਨਿਊਜ਼ 18 ਪੰਜਾਬ ਲਈ ਨਿਤਿਨ ਲੂਥਰਾ